ਮੈਂ ਇਸ ਟਾਈਮ ਖੜਾ ਦਿੱਲੀ ਚਾਂਦਨੀ ਚੌਂਕ ਜਿਹੜੀ ਪਰੌਂਠੇ ਵਾਲੀ ਗਲੀ ਆ, ਇਹ ਮੇਰੇ ਪਿੱਛੇ ਸ਼ੌਪਸ ਨੇ ਜਿਹੜੀ ਪਰੌਂਠਿਆਂ ਨੂੰ ਫੇਮਸ ਨੇ। ਇਹਨਾਂ ਕੋਲ ਘੱਟੋ ਘੱਟ 100-150 ਤਰ੍ਹਾਂ ਦੇ ਪਰੌਂਠੇ ਮਿਲਦੇ ਨੇ ਖਾਣ ਵਾਸਤੇ, ਬੜੇ ਸਵਾਦ ਅਤੇ ਬੜੇ ਫੇਮਸ ਨੇ। ਆ ਜੋ ਆਪਾਂ ਦੇਖਦੇ ਹਾਂ, ਇੱਕ ਦੁਕਾਨ ਇਹ ਆ ਅਤੇ ਬਾਕੀ ਇਹ ਆ। ਇੱਧਰ ਦੋ ਤਿੰਨ ਦੁਕਾਨਾਂ ਨੇ, ਪਰੌਂਠੇ ਵਾਲੀ ਗਲੀ ਉਹ ਕਹਿੰਦੇ ਆ ਮੋਸਟਲੀ। ਇਹ ਮੇਰੇ ਦੋਸਤ ਨੇ ਮਨਜੋਤ, ਗੋਪੀ, ਸਿੱਧੂ, ਰਾਹੁਲ, ਅਸੀਂ ਪਰੌਂਠੇ ਖਾਣ ਆਏ ਹੋਏ ਹਾਂ ਇਹਦੇ ਕੋਲ। ਇਹ ਮਿਕਸ ਵੈੱਜ ਪਰੌਂਠਾ ਆ ਅਤੇ ਪਰੌਂਠੇ ਦੇ ਤਲ ਕੇ ਬਣਾਉਂਦੇ ਆ। ਇਹ ਰਬੜੀ ਵਾਲਾ ਪਰੌਂਠਾ ਆ, ਰਬੜੀ ਵਾਲਾ ਹੈਗਾ ਜੀ, ਰਬੜੀ ਵਾਲਾ। ਇਹ ਹੈਗਾ ਜੀ ਕਾਜੂ ਵਾਲਾ, ਦੇਖ ਸਕਦੇ ਤੁਸੀਂ ਵਿੱਚ ਪਾਏ ਵੀ ਹੋਏ ਪਰੌਂਠੇ ਦੇ ਵਿੱਚ ਕਾਜੂ, ਕਿਸ਼ਮਿਸ਼। ਇਹ ਰਬੜੀ ਵਾਲਾ ਸੀਗਾ, ਸਬਜ਼ੀਆਂ ਬਹੁਤ ਸਵਾਦ ਨੇ ਸੱਚੀ, ਪਰੌਂਠੇ ਸੱਚੀ ਬੜੇ ਸਵਾਦ ਸੀਗੇ। ਅਤੇ ਜ਼ਰੂਰ ਆਣ ਕੇ ਟੇਸਟ ਕਰਿਓ ਜੇ ਕੋਈ ਦਿੱਲੀ ਆਇਆ ਹੋਊਗਾ ਤਾਂ। ਪਰੌਂਠੇ ਵਾਲੀ ਗਲੀ ਮੈਂ ਲੋਕੇਸ਼ਨ ਵੀ ਸ਼ੇਅਰ ਕਰ ਰਿਹਾ ਇਹਦੀ, ਅਤੇ ਬਾਕੀ ਥੋੜ੍ਹੇ ਜਿਹੇ ਮਹਿੰਗੇ ਆ ਬਸ, 70 ਰੁਪਏ ਦਾ ਪਰੌਂਠਾ, ਪਰ ਫਿਰ ਵੀ ਟੇਸਟੀ ਆ, ਜ਼ਰੂਰ ਖਾਇਓ। ਬੜੇ ਟੇਸਟੀ ਬਿਸਕਿਟ ਹੁੰਦੇ ਆ ਇਹ, ਜ਼ਰੂਰ ਟਰਾਈ ਕਰਿਓ ਸਰ ਦਿਓ। ਦੋਸਤੋ ਇਸ ਟਾਈਮ ਪਹੁੰਚ ਗਿਆ ਮੈਂ ਪਹਾੜਗੰਜ, ਇਹ ਹੈਗਾ ਸੀਤਾਰਾਮ ਭਟੂਰੇ ਵਾਲਾ, ਬੜਾ ਫੇਮਸ ਇੱਥੇ। ਆ ਜਾਓ ਆਪਾਂ ਖਾਂਦੇ ਹਾਂ ਭਾਈ ਉਹ ਕਿੱਦਾਂ ਦੇ ਭਟੂਰੇ ਮਿਲਦੇ ਨੇ। ਇਹਦੇ ਵਿੱਚ ਫਿਲਿੰਗ ਕੀਤੀ ਹੋਈ ਆ ਪਨੀਰ ਦੀ, ਕਾਫੀ ਕੁਛ ਪਾਇਆ ਹੋਇਆ, ਬਹੁਤ ਸਵਾਦ ਨੇ ਸੱਚੀ, ਝੂਠ ਨਹੀਂ ਹੋਇਆ ਤੇ ਡਰੈਸਿੰਗ ਚੋਣਾ ਸਾਡਾ ਮਿੱਟੀ ਨਹੀਂ ਹੋਇਆ, ਬਹੁਤ ਸਵਾਦ ਨੇ, ਜ਼ਰੂਰ ਟਰਾਈ ਕਰਿਓ। ਮੈਂ ਇਹਦੀ ਲੋਕੇਸ਼ਨ ਵੀ ਸੈਂਡ ਕਰੂੰਗਾ, ਅਤੇ ਬਾਕੀ ਇਹ ਡੇਲੀ ਅਪਡੇਸ਼ਨ ਚਾਹੀਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ਡੇਲੀ ਅਪਡੇਸ਼ਨ ਕਿ ਮੈਂ ਕਿੱਥੇ ਫਿਰਦਾ ਅਤੇ ਕਿਹਦਾ ਵਲੌਗ ਆਉਣ ਵਾਲਾ ਨੈਕਸਟ। ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੌਗ। ਇਹ ਇਹਨਾਂ ਦਾ ਐਡਰੈਸ ਆ ਜੀ, ਅਤੇ ਇਹ ਡੇਲੀ ਓਪਨ ਹੁੰਦਾ ਆ 8 ਵਜੇ ਸਵੇਰੇ, ਅਤੇ ਕਲੋਜ਼ ਹੁੰਦਾ ਸ਼ਾਮ ਨੂੰ 5:30 ਵਜੇ, ਅਤੇ ਬਹੁਤ ਟੇਸਟੀ ਸੀਗੇ, ਤੁਸੀਂ ਆਣ ਕੇ ਟਰਾਈ ਕਰ।